ਚੈਨਲ ਪੰਜਾਬ نیوز ਅਪਡੇਟ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਐਨ ਜੀ ਇਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਹਵਾ ਦੇ ਵਿੱਚ 300 ਯਾਤਰੀਆਂ ਦੇ ਨਾਲ ਉੱਡ ਰਹੇ ਜਹਾਜ਼ ਨਾਲ ਅਚਾਨਕ ਟਕਰਾਉਣ ਲੱਗਿਆ ਸੀ ਗੁਬਾਰਾ ਵੱਡਾ ਹਾਦਸਾ ਹੋਣੋਂ ਟਲਿਆ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਹਵਾ ਦੇ ਵਿੱਚ 300 ਸਵਾਰੀਆਂ ਦੇ ਨਾਲ ਯਾਤਰੀਆਂ ਦੇ ਨਾਲ ਓਡਰੇ ਜਹਾਜ਼ ਦੇ ਨਾਲ ਅਚਾਨਕ ਟੱਕਰਾਉਣ ਲੱਗਾ ਸੀ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ ਜੀ ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਹਜ਼ਾਰ ਉਸ ਸਮੇਂ ਜਹਾਜ਼ ਉਸ ਸਮੇਂ ਵਾਲ-ਵਾਲ ਬਚ ਗਿਆ ਜਦੋਂ ਇਹ 300 ਯਾਤਰੀਆਂ ਨੂੰ ਲੈ ਕੇ ਜਾ ਰਿਹਾ ਸੀ ਇਸ ਦੇ ਨਾਲ ਹੌਟ 에ਅਰ ਬਲੂਨ ਟਕਰਾਉਣ ਲੱਗਾ ਸੀ ਇਹ ਹਾਦਸਾ ਹੁੰਦੇ ਹੁੰਦੇ ਬਚ ਗਿਆ 300 ਯਾਤਰੀ ਜਹਾਜ਼ ਵਿੱਚ ਸਵਾਰ ਸਨ ਤੇ ਸਾਰੇ ਯਾਤਰੀ ਸੁਰੱਖਿਅਤ ਹਨ ਘਟਨਾ ਬ੍ਰਾਜ਼ੀਲ ਦੇ ਸਾਉ ਪੌਲਸ ਸਥਿਤ ਗੁਰੂ ਲੂ ਹਿਲ ਹਵਾਈ ਅੱਡੇ ਤੋਂ ਸਾਹਮਣੇ ਆਇਆ ਜਿੱਥੇ ਅਚਾਨਕ ਹੀ ਹੌਟ 에ਅਰ ਬੈਲੂਨ ਜਹਾਜ਼ ਨੂੰ ਉਸ ਸਮੇਂ ਟਕਰਾ ਗਿਆ ਜਿਸ ਸਮੇਂ ਜਹਾਜ਼ ਲੈਂਡ ਕਰਨ ਲਈ ਰਨਵੇ ਵੱਲ ਵਧਿਆ ਦੱਸਿਆ ਗਿਆ ਕਿ ਬਿਨਾਂ ਪਾਇਲਟ ਤੋਂ ਇਹ ਗੁਬਾਰਾ ਤੇਜ਼ ਚੱਕਰ ਦੇ ਕਾਰਨ ਆਪਣੇ ਰਸਤੇ ਤੋਂ ਭਟਕ ਕੇ ਜਹਾਜ਼ ਦੇ ਅੱਗੇ ਆ ਗਿਆ ਉੱਥੇ ਹੀ ਹਵਾਈ ਜਹਾਜ਼ ਦੇ ਚਾਲਕ ਵੱਲੋਂ ਸਥਿਤੀ ਨੂੰ ਸਮਝਦੇ ਹੋਏ ਹੌਟ 에ਅਰ ਬੈਲੂਨ ਦੇ ਅਚਾਨਕ ਸਾਹਮਣੇ ਆਉਣ ਤੇ ਸਥਿਤੀ ਨੂੰ ਸੰਭਾਲਿਆ ਗਿਆ ਤੇ ਚੌਕਸੀ ਵਰਤਦੇ ਹੋਏ ਆਪਣਾ ਰਸਤਾ ਬਦਲ ਦਿੱਤਾ ਗਿਆ ਜਿਸ ਕਾਰਨ ਵੱਡਾ ਹਾਦਸਾ ਹੋਣ ਤੋਂ ਬਚਾ ਹੋ ਗਿਆ ਨਹੀਂ ਤਾਂ ਦੋਸਤੋ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਦਰਦਨਾਕ ਮੰਚਰ ਹੋਣਾ ਸੀ ਇਸ ਹਾਦਸੇ ਨੂੰ ਬਚਾ ਲਿਆ ਗਿਆ ਤੇ ਜਹਾਜ਼ ਪੱਖੇ ਦੇ ਨਾਲ ਟਕਰਾ ਜਾਂਦਾ ਜੇਕਰ ਹੌਟ ਏਅਰ ਬਲੂ